ਸਾਰਿਆਂ ਨੂੰ ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇੱਕ ਮੂਵੀ ਆ ਸ਼ਿੰਦਲਰ ਲਿਸਟ ਕਰਕੇ, ਮੈਂ ਜਦੋਂ ਇੰਡੀਆ 'ਚ ਸੀ ਬਹੁਤ ਪੁਰਾਣੀ ਦੇਖੀ ਹੋਈ ਆ ਮੇਰੇ ਅਤੇ ਮੇਰੇ ਭਾਈ ਦੀ। ਅਸੀਂ ਉਹ ਛੋਟੇ ਛੋਟੇ ਹੁੰਦੇ ਸੀਗੇ ਅਤੇ ਉਹ ਮੂਵੀ ਬਹੁਤ ਪੁਰਾਣੇ ਟਾਈਮ ਦੀ ਆ, ਉਹ ਜ਼ਮਾਨੇ ਦੀ ਆ ਜਦੋਂ ਜੀਓ ਨੂੰ ਮਾਰ ਰਹੇ ਸੀ, ਜਦੋਂ ਲਾਈਕ 6 ਮਿਲੀਅਨ ਜੀਓਜ਼ ਸਮਥਿੰਗ ਲਾਈਕ ਦੈਟ ਖਤਮ ਕਰਤੇ ਸੀਗੇ। ਅਤੇ ਉਹ ਇੱਕ ਬੰਦਾ ਸੀਗਾ ਆਸਕਰ ਸ਼ਿੰਦਲਰ ਕਰਕੇ, ਅਤੇ ਉਹ ਬੰਦੇ ਨੇ ਕੀ ਕੀਤਾ ਸੀਗਾ, ਉਹ ਬਿਜ਼ਨਸਮੈਨ ਸੀਗਾ, ਉਹ ਬੰਦੇ ਨੇ ਜਿਹੜੇ ਜੀਉ ਸੀ ਉਹ ਬਚਾਏ ਸੀਗੇ 1100 ਜੀਉ ਪੈਸੇ ਦੇ ਕੇ। ਉਹਨੇ ਆਪਣਾ ਬਿਜ਼ਨਸ ਸਾਰਾ ਸੈੱਲ ਕਰਤਾ ਸੀ ਇੱਕ ਤਰੀਕੇ ਦਾ, ਮਿਲਟਰੀ ਆਰਮੀ ਨੂੰ ਪੈਸੇ ਦੇ ਕੇ ਚੋਰੀ ਚੋਰੀ ਬੰਦੇ ਉਹਨੇ ਬਚਾਏ ਸੀ ਜੀਉ। ਤਾਂ ਉਹਦੇ ਵਿੱਚ ਇੱਕ ਸੀਨ ਆਉਂਦਾ ਵਾ, ਉਹ ਸੀਨ 'ਚ ਕੀ ਹੁੰਦਾ ਵਾ ਵੀ ਉਹ ਇੱਕ ਲਿਸਟ ਤਿਆਰ ਕਰਦੇ ਨੇ 1100 ਬੰਦੇ ਦੀ, ਜਿਹੜਾ ਬੰਦਾ ਇਹਨੇ ਪੈਸੇ ਦੇ ਕੇ ਬਚਾਇਆ ਹੁੰਦਾ ਵਾ। ਅਤੇ ਜਦੋਂ ਇਹ ਲਿਸਟ ਉਹਨੂੰ ਇੱਕ ਬੰਦਾ ਥੈਂਕ ਯੂ ਨੋਟ ਦਿੰਦਾ ਵਾ, ਜਿੱਦਾਂ ਮੈਨੂੰ ਹੁਣ ਪੂਰੀ ਯਾਦ ਨਹੀਂ ਪਰ ਮੈਂ ਤੁਹਾਨੂੰ ਦੱਸਦਾ ਮੂਵੀ 'ਚ ਕੀ ਹੋਇਆ ਸੀਗਾ, ਹਿੰਦੀ 'ਚ ਦੇਖੀ ਹੋਈ ਸੀ। ਉਹ ਬੰਦਾ ਜਿਹਦੀ ਉਹਨੇ ਜਾਨ ਬਚਾਈ ਹੁੰਦੀ ਆ ਉਹਨੂੰ ਲਿਸਟ ਦਿੰਦਾ, ਕਹਿੰਦਾ ਵੀ ਤੂੰ ਇੰਨੇ ਬੰਦੇ ਬਚਾਏ ਨੇ। ਉਹ ਸ਼ਿੰਦਲਰ ਜਦੋਂ ਉਹ ਪੜ੍ਹਦਾ ਉਹ ਕਹਿੰਦਾ ਯਾਰ ਮੈਂ ਬਸ 1100 ਬੰਦੇ ਹੀ ਬਚਾ ਸਕਿਆ। ਕਹਿੰਦਾ ਵਟ ਇਫ ਮੈਂ ਕੰਮ ਥੋੜ੍ਹਾ ਹੋਰ ਕਰਦਾ, ਮੈਂ ਹੋਰ ਮਿਹਨਤ ਕਰਦਾ ਤਾਂ ਮੈਂ ਹੋਰ ਲੋਕਾਂ ਦੀ ਜਾਨ ਬਚਾ ਲੈਣੀ ਸੀ ਪੈਸੇ ਦੇ ਕੇ। ਉਹ ਗੱਡੀ 'ਚ ਬੈਠਾ ਹੁੰਦਾ, ਪਿੱਛੇ ਤੇ ਗੱਡੀ ਖੜੀ ਹੁੰਦੀ ਆ, ਉਹ ਕਹਿੰਦਾ ਮੈਂ ਗੱਡੀ ਕਾਹਤੇ ਰੱਖੀ, ਜੇ ਮੈਂ ਗੱਡੀ ਪੁਲਿਸ ਵਾਲ ਨੂੰ ਵੇਚ ਦਿੰਦਾ ਜਾਂ ਜਿਹੜੀ ਫੌਜੀ ਸੀ ਉਹਨਾਂ ਨੂੰ ਵੇਚ ਦਿੰਦਾ 10 ਜਾਨਾਂ ਹੋਰ ਬਚ ਦੇਣੀਆਂ ਸੀਗੀਆਂ। ਫਿਰ ਅੰਗੂਠੀ ਕੱਢ ਲੈਂਦਾ, ਕਹਿੰਦਾ ਅੰਗੂਠੀ ਸੋਨੇ ਦੀ ਆ 2 ਜਾਨਾਂ, ਕਹਿੰਦਾ ਘੱਟੋ ਘੱਟ 1 ਜਾਨ ਤਾਂ ਉਹਨੇ ਬਖਸ਼ੀ ਦੇਣੀ ਸੀ ਇਹਦੇ ਕਰਕੇ, ਇੱਕ ਬੰਦੇ ਦੀ ਜਾਨ। ਫਿਰ ਜਿਹੜਾ ਬੰਦਾ ਉਹਨੂੰ ਥੈਂਕ ਯੂ ਕਹਿੰਦਾ ਹੁੰਦਾ, ਜਿਹੜੇ ਜੀ ਹੁੰਦੇ ਆ ਉਹ ਜਿਹੜਾ ਸਿਆਣਾ ਜਾਂ ਬਜ਼ੁਰਗ ਹੁੰਦਾ, ਉਹ ਕਹਿੰਦਾ ਇੱਕ ਡਾਇਲੋਗ ਮਾਰਦਾ, ਬਹੁਤ ਸੋਹਣਾ ਡਾਇਲੋਗ ਆ, ਉਹ ਕਹਿੰਦਾ ਹੂ ਐਵਰ ਸੇਵਸ ਵਨ ਲਾਈਫ ਸੇਵਸ ਦਾ ਇੰਟਾਇਰ ਵਰਲਡ। ਇਹਦਾ ਮਤਲਬ ਵੀ ਜਿਹਨੇ ਇੱਕ ਬੰਦੇ ਨੇ ਇੱਕ ਜਾਨ ਬਚਾਤੀ ਨਾ ਜ਼ਿੰਦਗੀ ਦੇ ਵਿੱਚ ਆਪ ਆਪਣੇ ਦਮ 'ਤੇ, ਉਹਨੇ ਸਾਰੀ ਕਾਇਨਾਤ ਸਾਰੀ ਦੁਨੀਆ ਬਚਾ ਲਈ। ਉਹ ਡਾਇਲੋਗ ਉਹਦਾ ਛੋਟੇ ਹੁੰਦੇ ਤੋਂ ਮੇਰੇ ਦਿਲ 'ਚ ਬਹੁਤ ਡੂੰਘੀ ਤਰ੍ਹਾਂ ਵਸਿਆ ਹੋਇਆ ਵਾ, ਅਤੇ ਇਹ ਚੀਜ਼ ਬਹੁਤ ਇੰਸਪਾਇਰ ਕਰਦੀ ਹੈ ਲੋਕਾਂ ਦੀ ਹੈਲਪ ਕਰਨ ਲਈ। ਉਹ ਬੰਦਾ 1100 ਜਾਨਾਂ ਬਚਾ ਕੇ ਵੀ ਇਹ ਕਹਿ ਰਿਹਾ ਸੀਗਾ ਵੀ ਮੈਂ ਗੱਡੀ ਕਾਹਤੇ ਰੱਖੀ, ਮੈਂ ਮੁੰਦੀ ਕਾਹਤੇ ਰੱਖੀ, ਜੇ ਮੈਂ ਇਹ ਵੀ ਵੇਚ ਦਿੰਦਾ ਤਾਂ ਹੋਰ ਜੀਵਨ ਦੀ ਜਾਨ ਬਚ ਜਾਣੀ ਸੀ। ਅਤੇ ਉਹ ਬੰਦਾ ਮੂਹਰੋਂ ਜੀ ਉਹਨੂੰ ਇੰਨਾ ਵਧੀਆ ਸਮਝਾਉਂਦਾ, ਕਹਿੰਦਾ ਯਾਰ ਤੂੰ 1 ਜਾਨ ਬਚਾ ਲਈ ਨਾ ਤਾਂ ਸਾਰੀ ਦੁਨੀਆ ਬਚਾ ਲਈ। ਅਤੇ ਇਸੇ ਡਾਇਲੋਗ 'ਚੋਂ ਹੀ ਨਿਕਲ ਕੇ ਆਉਂਦੀ ਅੱਜ ਦੀ ਸ਼ਖਸੀਅਤ ਜੀ ਅਨਮੋਲ ਕਵਿਤਰਾ। ਵੀਰੇ ਸਤਿ ਸ਼੍ਰੀ ਅਕਾਲ, ਜੇ ਤੇਰੇ ਤੱਕ ਇਹ ਵੀਡੀਓ ਪਹੁੰਚੂਗੀ। ਅਤੇ ਮੁੰਡਾ ਜਿੰਨਾ ਕੁ ਮੈਨੂੰ ਪਤਾ, ਮੈਂ ਉਹਨੂੰ ਫੋਲੋ ਕਰਦਾ ਵਾਂ, ਮੁੰਡੇ 'ਚ 2 ਕੁਆਲਿਟੀਜ਼ ਬਹੁਤ ਵਧੀਆ ਨੇ, 2 ਨਹੀਂ ਬਹੁਤ ਕੁਆਲਿਟੀਜ਼ ਨੇ, ਕੁਆਲਿਟੀਜ਼ ਦਾ ਭਰਿਆ ਹੋਇਆ ਵਾ ਮੁੰਡਾ। ਮੁੰਡਾ ਜੀ NGO ਚਲਾਉਂਦਾ ਵਾ, ਨਾਨ ਪ੍ਰੋਫਿਟ ਆਰਗਨਾਈਜੇਸ਼ਨ ਕਹਿ ਲਓ, ਨਾਨ ਗਵਰਨਮੈਂਟ ਆਰਗਨਾਈਜੇਸ਼ਨ, ਲੋਕਾਂ ਦੀ ਸੇਵਾ ਕਰਦਾ ਵਾ। ਪਤਾ ਨਹੀਂ ਉਹਨੇ ਅੱਜ ਤੱਕ ਕਿੰਨੀਆਂ ਖਜ਼ਾਨਾ ਬਚਾ ਦੀਆਂ, ਕੋਈ ਉਮਰ ਵੀ ਬਾਹਲੀ ਨਹੀਂ ਹੈਗੀ, ਮੇਰੇ ਤੋਂ ਵੀ ਛੋਟਾ ਵਾ, 22 ਸਾਲਾਂ ਦਾ ਹੋਣਾ ਵਾ। ਮੈਨੂੰ ਪਤਾ ਨਹੀਂ ਜੀ ਹੁਣ ਫੋਕਸ ਹੈਗਾ ਕਿ ਨਹੀਂ, ਪਰ ਆਹ ਮੁੰਡੇ ਦੀ ਪ੍ਰੋਫਾਈਲ ਆ ਅਨਮੋਲ ਕਵਿਤਰਾ ਕਰਕੇ, ਵੀਰੇ ਦੀ ਵੈਬਸਾਈਟ ਵੀ ਹੈਗੀ ਆ, ਆਲਮੋਸਟ 2.5 ਲੱਖ ਫੋਲੋਅਰ ਆ ਇੰਸਟਾਗ੍ਰਾਮ ਦੇ ਉੱਤੇ, ਫੇਸਬੁੱਕ ਦੇ ਉੱਤੇ ਵੀ ਬਹੁਤ ਆ। ਅਤੇ ਅਨਮੋਲ ਦੀ ਇੱਕ ਵੈਬਸਾਈਟ ਵੀ ਹੈਗੀ ਆ ਅਨਮੋਲ NGO, ਉਹਦੇ ਉੱਪਰ ਉਹਦਾ ਕੋਟ ਲਿਖਿਆ ਹੈ, ਕਹਿੰਦਾ ਆਫਟਰ ਆਈ ਡਾਈ ਆਈ ਡੋਂਟ ਵਾਂਟ ਟੂ ਬੀ ਹੰਗ ਔਨ ਦਾ ਵਾਲ, ਵੀ ਮੈਂ ਦੀਵਾਰ ਤੇ ਨਾ ਟੰਗਿਆ ਜਾਵਾਂ, ਬਟ ਐਂਡ ਪੀਪਲ ਸਾਟ, ਵੀ ਲੋਕਾਂ ਦੇ ਦਿਲਾਂ 'ਚ ਵੱਸ ਜਾ। ਇਹਦੇ ਵਿੱਚ ਤੁਸੀਂ ਐਜ਼ ਅ ਡੋਨਰ ਰਜਿਸਟਰ ਕਰ ਸਕਦੇ ਹੋ। ਪੇਸ਼ੈਂਟ ਉਹਨੇ ਲਿਖਿਆ ਵੀ ਸੋ ਫਾਰ 1 ਮਿਲੀਅਨ ਪਲੱਸ ਉਹਨੇ ਪੇਸ਼ੈਂਟਾਂ ਦੀ ਹੈਲਪ ਕੀਤੀ ਆ, ਜਿਹਨਾਂ ਵਿੱਚੋਂ ਡੋਨਰ ਫਰੋਮ ਇੰਡੀਆ ਹੈਗੇ ਸੀ 15,000 ਤੇ ਡੋਨਰ ਆਊਟਸਾਈਡ ਇੰਡੀਆ 5,000, ਜਿਹੜੇ ਕੀ ਹੈ ਵੈਬਸਾਈਟ ਦੇ ਉੱਤੇ ਰਜਿਸਟਰਡ ਨੇ। ਤੇ ਵੀਰੇ ਦਾ ਇੱਕ ਹੋਰ ਪੇਜ ਆ, ਵੀ ਡੂ ਨਾਟ ਐਕਸੈਪਟ ਮਨੀ ਔਰ ਥਿੰਗਸ, ਮਤਲਬ ਵੀ ਇਹ ਕੀ ਕਰਦਾ ਮੁੰਡਾ, ਇਹ ਕੋਈ ਵੀ ਪੈਸੇ ਜਾਂ ਚੀਜ਼ਾਂ ਐਕਸੈਪਟ ਨਹੀਂ ਕਰਦਾ ਹੈਗਾ। ਇੱਕ ਡੋਨਰ ਆ, ਇੱਕ ਪੇਸ਼ੈਂਟ ਆ, ਉਹਨਾਂ ਦੋਨਾਂ ਨੂੰ ਮਿਲਾ ਦਿੰਦਾ। ਇਹਦੀਆਂ ਮੈਂ ਇੰਨੀਆਂ ਕੁ ਵੀਡੀਓਜ਼ ਦੇਖੀਆਂ ਹੋਈਆਂ ਨਾ ਬਹੁਤ ਪੁਰਾਣੇ ਦੀ, ਪਰ ਕੋਈ ਗੱਲ ਹੈ ਨਾ ਵੀ ਜਿਹੜੀ ਕਿਸੇ ਦੀ ਚੰਗੀ ਗੱਲ ਹੁੰਦੀ ਆਪਾਂ ਕਦੇ ਸ਼ੇਅਰ ਨਹੀਂ ਕਰਦੇ ਹੈਗੇ ਲੋਕਾਂ ਮੂਹਰੇ। ਇਹ ਟ੍ਰੈਂਡ ਥੋੜ੍ਹਾ ਜਿਹਾ ਘੱਟ ਆ, ਕੋਈ ਗਰਮ ਮੁੱਦੇ ਬਣਾ ਕੇ ਇਹੋ ਜਿਹੀਆਂ ਨਿਊਜ਼ਾਂ ਬਹੁਤ ਆਉਂਦੀਆਂ ਨੇ, ਉਹਨੂੰ ਇਹ ਕਹਿਤਾ। ਪਰ ਇਹ ਜਿਹੜਾ ਮੁੰਡਾ ਬਿਨਾਂ ਸਵਾਰਥ ਤੋਂ ਇੰਨੇ ਜ਼ਿਆਦਾ ਲੋਕਾਂ ਦੀ ਸੇਵਾ ਕਰ ਰਿਹਾ, ਯਾਰ ਤੁਸੀਂ ਸੋਚ ਕੇ ਦੇਖੋ, ਜੇ ਤੁਸੀਂ ਇੱਕ ਬੰਦੇ ਦੀ ਇੱਕ ਦਿਨ 'ਚ ਸੇਵਾ ਕਰਦੇ ਹੋ ਤੁਹਾਨੂੰ ਕਿੰਨਾ ਗੁੱਡ ਫੀਲ ਹੁੰਦਾ ਵਾ, ਤੁਸੀਂ ਗਰੀਬ ਦੀ ਹੈਲਪ ਕਰਤੀ। ਪਰ ਇਹ ਮੁੰਡੇ ਨੇ ਤਾਂ ਲੱਖਾਂ ਕਰੋੜਾਂ ਮਿਲੀਅਨ ਲੋਕਾਂ ਦੀ ਹੈਲਪ ਕਰਤੀ, ਇਹਨੇ ਯਾਰ ਇੰਨੀਆਂ ਕੁ ਜਾਨਾਂ ਬਚਾਤੀਆਂ ਨਾ, ਉਹੀ ਆ ਜਿਹਨੇ 1 ਜਾਨ ਬਚਾਤੀ, ਉਹ ਕਹਿੰਦਾ ਉਹਨੇ ਯਾਰ ਸਾਰੀ ਦੁਨੀਆ ਬਚਾ ਲਈ। ਪਰ ਇਹ ਬੰਦੇ ਨੇ ਤਾਂ ਪਤਾ ਨਹੀਂ ਕਿੰਨੀਆਂ ਕੁ ਜਾਨਾਂ ਬਚਾਤੀਆਂ। ਲੁਧਿਆਣੇ ਦਾ ਮੁੰਡਾ ਜੀ, ਜਿੰਨਾ ਕੁ ਮੈਨੂੰ ਪਤਾ, ਜੇ ਮੈਂ ਕੁਛ ਇਹ ਵੀਡੀਓ 'ਚ ਗਲਤ ਬੋਲਦਾ ਵਾਂ ਤਾਂ ਮੇਰੀ ਕਮੀ ਹੋਊਗੀ, ਵੀ ਮੈਨੂੰ ਉਹ ਮੁੰਡੇ ਬਾਰੇ ਇੰਨੀ ਜਾਣਕਾਰੀ ਨਹੀਂ ਹੈਗੀ। ਅਤੇ ਮੁੰਡੇ 'ਚ ਇੱਕ ਹੋਰ ਕੁਆਲਿਟੀ ਆ ਜੀ, ਪੂਰਾ ਬਾਡੀ ਬਿਲਡਰ ਆ, ਬਾਡੀ ਉਹਨੇ ਪੂਰੀ ਫਿੱਟ ਰੱਖੀ ਹੋਈ ਆ। ਤੁਹਾਨੂੰ ਪਤਾ ਹੀ ਆ ਬਾਡੀ ਬਿਲਡਿੰਗ ਇੱਕ ਇਹੋ ਜਿਹੀ ਖੇਡ ਆ, ਟਾਈਮ ਪੈਸਾ ਸਾਰਾ ਲਾਈਫ ਸਟਾਈਲ ਆ, ਬਹੁਤ ਮੰਗਦੀ ਆ। ਰੱਬ ਦਾ ਸ਼ੁਕਰ ਕਰਦੇ ਵੀ ਇਹ ਮੁੰਡਾ ਬਹੁਤ ਵਧੀਆ, ਕਹਿੰਦੇ ਘਰੋਂ ਆ, ਬਿਜ਼ਨਸ ਦੇ ਘਰੋਂ ਆ, ਤਾਂ ਹੀ ਇਹ ਮੁੰਡਾ ਆਪਣਾ ਇੰਨਾ ਟਾਈਮ ਕੱਢ ਪਾਉਂਦਾ। ਪਰ ਹੁਣ ਬਿਜ਼ਨਸ ਘਰੋਂ ਤਾਂ ਬਹੁਤ ਲੋਕ ਨੇ, ਤਕੜੇ ਤਾਂ ਉਰੇ ਦੁਨੀਆ 'ਤੇ ਸਿਰੇ ਤੋਂ ਸਿਰਾ ਪਏ ਨੇ, ਪਰ ਕੌਣ ਕਿਸੇ ਦੀ ਜਾ ਕੇ ਹੈਲਪ ਕਰਦਾ। ਅਤੇ ਜਿੰਨਾ ਕੁ ਮੈਨੂੰ ਪਤਾ ਵੀ ਇਹਨੇ 16-17 ਸਾਲਾਂ ਦੇ ਨਹੀਂ ਸ਼ੁਰੂ ਕਰਤਾ ਸੀ ਇਹ ਕੰਮ ਲੋਕਾਂ ਦੀ ਸੇਵਾ ਕਰਨ। ਸਕੂਲਾਂ 'ਚ ਜਾਂਦਾ, ਲੋਕ ਜਿਹੜੇ ਬੱਚੇ ਨੇ ਉਹਨਾਂ ਨੂੰ ਕਾਪੀਆਂ ਪੈਨਸਲਾਂ ਇਹ ਵੋ ਫ੍ਰੀ, ਉਹਦੀ ਇੱਕ ਵੈਬਸਾਈਟ ਦੀ ਮੈਂ ਨਾਂ ਭੁੱਲ ਗਿਆ, ਸਾਰੀਆਂ ਜਿਹੜੇ ਵੈਬਸਾਈਟ 'ਤੇ ਹੋਣਗੇ ਉਹਨਾਂ ਥੱਲੇ ਲਿੰਕ ਪਾਏ ਹੋਣਗੇ, ਤੁਸੀਂ ਜ਼ਰੂਰ ਚੈੱਕ ਕਰ ਸਕਦੇ ਹੋ, ਰਜਿਸਟਰ ਕਰੋ ਯਾਰ। ਜਿੰਨਾ ਉਹਦਾ ਆਪਾਂ ਸਹਿਯੋਗ ਕਰ ਸਕਦੇ ਹਾਂ ਵੀਰੇ ਦਾ, ਆਪਾਂ ਵੱਧੋ ਵੱਧ ਕਰੀਏ, ਕਿਉਂਕਿ ਮੇਰੇ ਕੋਲ ਇੱਕ ਆਹੀ ਮੀਡੀਅਮ ਆ, ਯੂਟਿਊਬ ਅਤੇ ਇੰਸਟਾਗ੍ਰਾਮ, ਅਤੇ ਮੈਂ
ਇੰਨੇ ਚੰਗੇ ਬੰਦੇ ਵੀ ਹੈਗੇ ਦੁਨੀਆਂ ਦੇ ਵਿੱਚ। ਹੁਣ ਉਹਦੇ ਉੱਤੇ ਕਈ ਲੋਕ ਕਹਿ ਦਿੰਦੇ ਆ ਵੀ ਉਹ ਜੀ ਮਹਿੰਗੇ ਕੱਪੜੇ ਪਾਉਂਦਾ, ਉਹ ਬਾਡੀ ਬਿਲਡਿੰਗ ਕਰਦਾ, ਪੈਸੇ ਖਾਂਦਾ। ਪਹਿਲੀ ਗੱਲ ਤਾਂ ਉਹ ਖਾਂਦਾ ਨਹੀਂ ਹੈਗਾ, ਬਹੁਤ ਹੀ ਨੇਕ ਆ, ਇੱਧਰੋਂ ਪੈਸੇ ਫੜੇ ਇੱਧਰ ਫੜਾ ਦਿੰਦਾ। ਜਿਹੜਾ ਪੇਸ਼ੈਂਟ ਆ ਉਹਨੂੰ ਡੋਨਰ ਦੇ ਨਾਲ ਮਿਲਾ ਦਿੰਦਾ ਵਾ। ਚਲੋ ਹੁਣ ਜਦੋਂ ਕੰਮ ਵੱਧਦਾ ਗਿਆ, ਉਹਨੇ ਇੰਨੀ ਮਿਹਨਤ ਕੀਤੀ, ਬੱਚਿਆਂ ਨੂੰ ਪੈਨਸਲਾਂ ਇਹ ਉਹ ਵੰਡਿਆ, ਤਾਂ ਉਹਨੇ ਇੱਕ ਵੈਬਸਾਈਟ ਵੀ ਖੋਲ ਲਈ ਜਿੱਥੋਂ ਥੋੜਾ ਉਹਨੂੰ ਪੈਸੇ ਮਿਲ ਜਾਂਦੇ ਨੇ। ਤੁਸੀਂ ਇਹ ਸੋਚੋ, ਇੱਕ ਤਾਂ ਉਹ ਮੁੰਡਾ ਕੋਈ ਚੋਰੀ ਨਹੀਂ ਕਰਦਾ ਹੈਗਾ ਪੈਸੇ ਦੀ, ਜਿੰਨਾ ਕੁ ਮੈਨੂੰ ਲੱਗਦਾ ਮੇਰਾ ਦਿਲ ਕਹਿੰਦਾ। ਜੇ ਮੰਨ ਲਓ ਇਹੋ ਜਿਹਾ ਬੰਦਾ ਨਾ 100 ਚੋਂ 50 ਰੁਪਏ ਖਾ ਵੀ ਜਾਵੇ ਨਾ ਅੱਜ ਦੇ ਟਾਈਮ ਦੇ ਵਿੱਚ, ਉਹ ਵੀ ਬਹੁਤ ਵੱਡੀ ਗੱਲ ਆ। ਇਹ ਤਾਂ ਫਿਰ 100 ਦਾ 100 ਮੂਹਰੇ ਲਾ ਰਿਹਾ, ਪੇਸ਼ੈਂਟ ਦੇ ਉੱਤੇ ਲਾ ਰਿਹਾ। ਤੇ ਜ਼ਰੂਰ ਉਹਦੇ ਸਾਰੇ ਵੈਬਸਾਈਟ ਚੈੱਕ ਕਰੋ ਜੀ, ਮੈਂ ਬਾਹਲਾ ਕੁਛ ਨਹੀਂ ਬੋਲੂਗਾ ਕਿਉਂਕਿ ਉਹਦੇ ਗੁਣ ਬਹੁਤ ਮੁੰਡੇ ਦੇ ਬਹੁਤ ਨੇ। ਇੰਨੀ ਛੋਟੀ ਉਮਰ ਦੇ ਵਿੱਚ ਉਹਨੇ ਆਪਣੀ ਸਾਰੀ ਜ਼ਿੰਦਗੀ ਰਾਤਾਂ ਨੂੰ 5-5 ਵਜੇ ਉਹ ਹਸਪਤਾਲਾਂ 'ਚ ਫਿਰਦਾ ਹੁੰਦਾ ਵਾ। ਤੇ ਮਤਲਬ ਜਿੰਨੀਆਂ ਉਹ ਮੁੰਡੇ ਦੀਆਂ ਸਿਫਤਾਂ ਕਰੋ ਨਾ ਜੀ, ਉਹ ਘੱਟ ਆਪਣਾ ਪੂਰਾ ਇੰਟਰਟੇਨਮੈਂਟ ਪੂਰਾ ਫਨ ਵੀ ਕਰਦਾ ਵਾ। ਤੇ ਕਈ ਲੋਕ ਇਹ ਦੋਨੇ ਚੀਜ਼ਾਂ ਨੂੰ ਮਿਕਸ ਕਰ ਲੈਂਦੇ ਵੀ ਮੁੰਡਾ ਫਨ ਵੀ ਕਰਦਾ, ਉਹਦੀ ਉਹ ਪਰਸਨੈਲਿਟੀ ਉਹਦੀ ਲੁੱਕ ਨਾਲ ਮੈਚ ਨਹੀਂ ਕਰਦੀ, ਜੇ ਉਹ ਚੀਜ਼ਾਂ ਮੈਟਰ ਨਹੀਂ ਕਰਦੀ ਯਾਰ। ਕੰਮ ਦੇਖੋ, ਗਰਾਊਂਡ ਵਰਕ ਕਿੰਨਾ ਕਰ ਰਿਹਾ, ਰੋਜ਼ ਘਰੋਂ ਬਾਹਰ ਨਿਕਲਦਾ ਵਾ, ਉਹਨੂੰ ਕੀ ਲੋੜ ਆ ਵੀ ਆਪਣਾ ਤੜਕੇ ਨਿਕਲੇ ਕੰਮ ਤੇ ਸ਼ਾਮ ਨੂੰ ਵਾਪਸ ਘਰੇ ਆ ਜੇ। ਪਰ ਉਹਨੇ ਇਹ ਲਾਈਨ ਚੂਜ਼ ਨਹੀਂ ਕੀਤੀ, ਉਹਨੇ ਲੋਕਾਂ ਹਿਊਮੈਨਿਟੀ ਨੂੰ ਯਾਰ ਸਰਵ ਕਰਨ ਦੀ। ਨਾਲੇ ਮੈਨੂੰ ਪੰਡਤਾਂ ਦਾ ਮੁੰਡਾ, ਉਹ ਮੈਂ ਕਹਿੰਦਾ ਉਹਨੇ ਇੰਨੇ ਯਾਰ ਕੋਈ ਨੀ, ਉਹ ਜਾਤ ਪਾਤ ਕੁਛ ਨੀ ਦੇਖਦੇ ਹੈਗੇ, ਕੋਈ ਧਰਮ ਨੀ ਦੇਖਦੇ। ਪਹਿਲਾਂ ਉਹ ਮੈਨੂੰ 13 ਸਾਲ ਤੋਂ ਘੱਟ ਜਿਹੜੇ ਪੇਸ਼ੈਂਟ ਨੇ ਉਹ ਲੈਂਦਾ, ਜੇ ਕਦੇ ਕਦੇ ਕੋਈ ਬਾਹਲਾ ਸੀਰੀਅਸ ਹੋਵੇ ਤੇ ਕੋਈ ਬਾਹਲਾ ਜੈਨੂਅਨ ਕੇਸ ਹੋਵੇ ਉਹ ਵੀ ਚੱਕ ਲੈਂਦਾ। ਹੁਣ ਦੇਖੋ ਕੇਸ ਵੀ 2 ਤਰੀਕੇ ਹੁੰਦੇ, ਹੁਣ ਇੰਡੀਆ 'ਚ ਤੁਹਾਨੂੰ ਪਤਾ ਹੀ ਆ ਠੱਗ ਵੀ ਬਹੁਤ ਨੇ। ਹੁਣ ਉਹਨੂੰ ਦੇਖ ਕੇ ਸਾਰਾ ਕੁਛ ਕਰਨਾ ਪੈਂਦਾ, ਇੱਕ ਬੰਦੇ ਨੂੰ ਇੰਨਾ ਕੁਛ ਮੈਨੇਜ ਕਰਨਾ ਯਾਰ ਬਹੁਤ ਔਖਾ ਵਾ। 5 ਵਜੇ ਉੱਠ ਕੇ ਜਦੋਂ ਆਪਾਂ ਨੂੰ ਕਿਸੇ ਆਪਣੇ ਦੋਸਤ ਦੀ ਵੀ ਕਾਲ ਆ ਜਾਣ, ਆਪਾਂ ਵੀ ਕਹਿੰਦੇ ਯਾਰ ਨਹੀਂ ਯਾਰ ਕੰਮ ਨਹੀਂ ਛੱਡਣਾ, ਪਰ ਉਹ ਯਾਰ ਦਿਨ ਰਾਤ ਉਹਦੀ ਸੇਵਾ ਵਾ। ਕਹਿੰਦੇ ਵੀ ਬਸ ਯਾਰ ਅਨਮੋਲ ਤੱਕ ਇਹੀ ਮੈਂ ਮੈਸੇਜ ਪਹੁੰਚਾਉਣਾ ਚਾਹੁੰਦਾ ਸੀ ਯਾਰ, ਵੀ ਤੈਨੂੰ ਜਿੰਨਾ ਕੋਈ ਮਰਜ਼ੀ ਜੇ ਕੋਈ ਮਾੜਾ ਮੋਟਾ ਇੱਕ ਅੱਧਾ ਨੈਗੇਟਿਵ ਕਮੈਂਟ ਆਉਂਦਾ, ਵੀ ਇਹ ਵੀ ਸੋਚ ਤੇਰੇ ਇੱਕ ਵੀ ਲਵ ਯੂ ਯਾਰ, ਤੈਨੂੰ ਬਹੁਤ ਪਿਆਰ ਕਰਦਾ, ਤੇਰੇ ਲਈ ਦੁਆ ਮੰਗਦੇ ਹਾਂ। ਤੇ ਹੁਣ ਜਦੋਂ ਇੰਡੀਆ 'ਚ ਆਵਾਂਗੇ ਕੋਸ਼ਿਸ਼ ਕਰਾਂਗੇ ਤੁਹਾਨੂੰ ਮਿਲੀਏ ਵੀ, ਤੇ ਸੇਵਾ 'ਚ ਸਾਡਾ ਜਿੰਨਾ ਕੁ ਹਿੱਸਾ ਬਣਦਾ ਹੈ ਉਹ ਵੀ ਪਾਵਾਂਗੇ। ਤੇ ਤੁਸੀਂ ਜਾਣੇ ਜਾਣੇ ਵੀ ਜਿਹੜੇ ਸੇਵਾ ਕਰ ਸਕਦੇ ਆ, ਜ਼ਰੂਰ ਉਹ 'ਤੇ ਰਜਿਸਟਰ ਕਰੋ, ਡੋਨੇਟ ਕਰੋ, ਤੇ ਵੀਡੀਓ ਅਨਮੋਲ ਤੱਕ ਜ਼ਰੂਰ ਪਹੁੰਚਾਓ ਕਿ ਵੀ ਲਵ ਯੂ ਯਾਰ, ਅਸੀਂ ਤੇਰਾ ਕੰਮ ਬਹੁਤ ਐਪਰੀਸ਼ੀਏਟ ਕਰਦੇ ਹਾਂ। ਕਿਉਂਕਿ ਮੈਨੂੰ ਖੁਦ ਨੂੰ ਪਤਾ ਵੀ ਕੋਈ ਵੀ ਚੰਗੀ ਚੀਜ਼ ਨਾ ਸੋਸ਼ਲ ਮੀਡੀਆ ਤੇ ਸ਼ੇਅਰ ਨਹੀਂ ਹੁੰਦੀ ਹੈਗੀ। ਮੈਂ ਵੀ ਜਿਹੜੀ ਖਾਲਸਾ ਏਡ ਰਵੀ ਸਿੰਘ ਦੀ ਫਾਊਂਡੇਸ਼ਨ ਸੀ ਉਹਦੇ ਉੱਪਰ 2 ਵੀਡੀਓ ਬਣਾਈਆਂ ਨੇ, ਮੈਂ ਕਈ ਵਾਰ ਆਪਣੇ ਯੂਟਿਊਬ ਸੈਲਰੀ ਵੀ ਉੱਧਰ ਭੇਜ ਦਿੰਦਾ ਹੁੰਦਾ ਵਾ। ਚਲੋ ਰੱਬ ਕਰਵਾਉਂਦਾ ਹੈ, ਮੁੰਡੇ ਤੋਂ ਵੀ ਰੱਬ ਕਰਵਾ ਰਿਹਾ, ਕਿਸੇ ਕਿਸੇ ਦੇ ਕਰਮਾਂ 'ਚ ਹੁੰਦੇ ਆ। ਤੇ ਮੈਂ ਵੀ ਬਹੁਤ ਹੈਲਪਿੰਗ ਵੀਡੀਓਜ਼ ਬਣਾਈਆਂ, ਹੋਰ ਵੀ ਬਹੁਤ ਚੰਗੇ ਚੰਗੇ ਲੋਕ ਨੇ ਜਿਹੜੀਆਂ ਚੰਗੀਆਂ ਚੰਗੀਆਂ ਵੀਡੀਓਜ਼ ਬਣਾਉਂਦੇ ਆ। ਹੁਣ ਗੰਦੀਆਂ ਵੀਡੀਓਜ਼ ਬਣਾਉਣੀਆਂ, ਗਾਲਾਂ ਕੱਢਣੀਆਂ ਤਾਂ ਕੰਮ ਬਹੁਤ ਸੌਖਾ ਜੀ, ਪਰ ਜਿਹੜਾ ਗਰਾਊਂਡ ਵਰਕ ਕਰਨਾ, ਕਿਸੇ ਬੰਦੇ ਦੀ ਜਾਨ ਬਚਾਉਣੀ ਆ ਯਾਰ, ਕਿਸੇ ਦਾ ਪੁੱਤ ਬਚਾ ਦੇਣਾ, ਕਿਸੇ ਦੀ ਧੀ ਬਚਾ ਦੇਣੀ, ਇਦੋਂ ਬਾਅਦ ਯਾਰ ਬੰਦਾ ਕੀ ਕਰ ਲੂਗਾ। ਥੈਂਕ ਯੂ ਯਾਰ ਵੀਰੇ ਇੰਨੀ ਸੇਵਾ ਕਰਨ ਵਾਸਤੇ। ਮੈਨੂੰ ਪਤਾ ਵੀ ਕੋਈ ਚੰਗੀ ਚੀਜ਼ ਜਿੱਦਾਂ ਸੋਸ਼ਲ ਮੀਡੀਆ ਤੇ ਸ਼ੇਅਰ ਨਹੀਂ ਹੁੰਦੀ, ਪਰ ਅਸੀਂ ਯਾਰ ਆਹ ਦੇਖ ਅਸੀਂ ਹੈਗੇ ਹਾਂ, ਅਸੀਂ ਤੇਰਾ ਸ਼ੇਅਰ ਕਰਾਂਗੇ ਕੰਟੈਂਟ। ਸਾਰੇ ਵੀਰੇ ਦੇ ਲਿੰਕ ਥੱਲੇ ਪਏ ਨੇ, ਡਿਸਕ੍ਰਿਪਸ਼ਨ 'ਚ ਪਏ ਨੇ। ਅਨਮੋਲ ਕਵੱਤਰਾ ਤੁਸੀਂ ਇੰਸਟਾਗ੍ਰਾਮ ਤੇ ਜਾ ਕੇ ਇੱਕ ਵਾਰੀ ਕਰੋ, ਵੀ ਡੂ ਨਾਟ ਐਕਸੈਪਟ ਮਨੀ, ਉਹਦਾ ਥਿੰਗਸ, ਉਹਦਾ ਪੇਜ ਆ, ਵੈਬਸਾਈਟ ਦੱਸਦੀ ਤੁਹਾਨੂੰ। ਪਲੀਜ਼ ਉਹਨੂੰ ਸਪੋਰਟ ਕਰੋ, ਜੇ ਪੈਸੇ ਦੀ ਮਦਦ ਨਹੀਂ ਕਰ ਸਕਦੇ, ਕਈਆਂ ਕੋਲ ਇੰਡੀਆ 'ਚ ਟਾਈਮ ਹੁੰਦਾ ਵਾ, ਕਿਸੇ ਬੰਦੇ ਕੋਲ ਪੈਸਾ ਵਾ, ਕਿਸੇ ਕੋਲ ਟਾਈਮ ਆ, ਤਾਂ ਟਾਈਮ ਜ਼ਰੂਰ ਦੇਵੋ, ਪੈਸੇ ਵਾਲੇ ਪੈਸਾ ਦੇ ਰਹੇ ਨੇ। ਜੇ ਹੋਰ ਨਹੀਂ ਆਪਾਂ ਇਹਦੀ ਸ਼ਲਾਘਾ ਤਾਂ ਕਰ ਹੀ ਸਕਦੇ ਹਾਂ, ਸਿਫਤ ਤਾਂ ਕਰ ਹੀ ਸਕਦੇ, ਉਹਨੂੰ ਚੰਗੇ ਮੈਸੇਜ ਭੇਜੋ। ਤੇ ਬਸ ਇਹੀ ਦੱਸਣਾ ਸੀ ਵੀਰੇ, ਵੀ ਲਵ ਯੂ, ਵੀ ਲਵ ਯੂਅਰ ਵਰਕ, ਇੱਦਾਂ ਹੀ ਯਾਰ ਲੋਕਾਂ ਦੀਆਂ ਜਾਨਾਂ ਬਚਾਉਂਦੇ ਰਹੋ। ਰੱਬ ਨੇ ਤੁਹਾਡੀ ਬਹੁਤ ਤਕੜੀ ਜ਼ਿੰਮੇਵਾਰੀ ਲਈ ਆ, ਤੇ ਬਹੁਤ ਤੁਸੀਂ ਚੰਗੀ ਤਰ੍ਹਾਂ ਨਿਭਾ ਰਹੇ ਹੋ ਯਾਰ। ਰੱਬ ਕਹਿੰਦੇ ਮੇਰੀ ਉਮਰ ਵੀ ਤੈਨੂੰ ਲਾਵੇ ਯਾਰ। ਥੈਂਕ ਯੂ ਯਾਰ, ਲਵ ਯੂ, ਸਤਿ ਸ਼੍ਰੀ ਅਕਾਲ ਜੀ।